ਨਮਸਕਾਰ, ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਤੇ ਮੈਂ ਬਹਾਦਰ ਸਿੰਘ। ਓਰੇਨ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਨਵੇਂ ਸਾਲ ਤੇ ਗਰੀਬ ਝੁੱਗੀਆਂ ਝੌਂਪੜੀਆਂ ਵਾਲਿਆਂ ਨੂੰ ਮੁਫਤ ਅਨਾਜ ਵੰਡ ਕੇ ਨਵੇਂ ਸਾਲ ਤੇ ਇੱਕ ਵਧੀਆ ਸੰਦੇਸ਼ ਦਿੱਤਾ। ਮੈਡਮ ਮਿਸਿਸ ਸਾਗਾ ਨੇ ਕਿਹਾ, ਅਸੀਂ ਇਸੇ ਤਰ੍ਹਾਂ ਹਰ ਸਾਲ ਗਰੀਬ ਲੋਕਾਂ ਨੂੰ ਚੈਰਿਟੀ ਕਰਕੇ ਉਹਨਾਂ ਦੀ ਮਦਦ ਕਰਦੇ ਰਹਿੰਦੇ ਹਾਂ। ਇੰਨਾ ਹੀ ਨਹੀਂ, ਉਹਨਾਂ ਨੇ ਕਿਹਾ, ਅਸੀਂ ਆਪਣੇ ਵਿਦਿਆਰਥੀਆਂ ਨੂੰ ਨਿਸ਼ਕਾਮ ਭਾਵਨਾ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹਾਂ ਕਿ ਉਹ ਵੀ ਆਪਣੇ ਆਲੇ ਦੁਆਲੇ ਦੇ ਗਰੀਬ ਲੋਕਾਂ ਦੀ ਮਦਦ ਕਰ ਸਕਣ। ਉਹਨਾਂ ਨੇ ਕਿਹਾ, ਹਰ ਇੱਕ ਇਨਸਾਨ ਨਵਾਂ ਸਾਲ ਆਪਣੇ ਤਰੀਕੇ ਨਾਲ ਮਨਾਉਂਦੇ ਹਨ, ਪਰ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਨੂੰ ਇਹੋ ਜਿਹੇ ਗਰੀਬ ਲੋਕਾਂ ਦੀ ਮਦਦ ਕਰਕੇ ਤਿਉਹਾਰ ਮਨਾਉਣੇ ਚਾਹੀਦੇ ਹਨ। ਉਹਨਾਂ ਵੱਲੋਂ 50 ਤੋਂ ਜ਼ਿਆਦਾ ਗਰੀਬ ਲੋਕਾਂ ਨੂੰ ਅਨਾਜ ਦੀ ਇਹ ਸੁਵਿਧਾ ਪਹੁੰਚਾਈ ਗਈ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਨਾਲ ਬਹਾਦਰ ਸਿੰਘ ਅਤੇ ਰਜੇਸ਼ ਕੁਮਾਰ ਦੀ ਰਿਪੋਰਟ। ਜਾਗਰੂਕ ਹੋਵੇ, ਹਰ ਬੱਚੇ ਦੇ ਅੰਦਰ ਹਿਊਮੈਨਿਟੀ ਵਾਸਤੇ ਵੀ ਕੁਛ ਨਾ ਕੁਛ ਹੋਵੇ ਕਿ ਆਪਣੇ ਆਲੇ ਦੁਆਲੇ ਨੂੰ ਦੇਖ ਕੇ ਕਿਸੇ ਨਾ ਕਿਸੇ ਦੀ ਹੈਲਪ ਕਰ ਸਕੇ। ਦੈਟ ਇਜ਼ ਵਾਟ ਵੀ ਆਰ ਟਰਾਇੰਗ ਟੂ ਇਨਕਲਕੇਟ ਇਨ ਆਵਰ ਸਟੂਡੈਂਟਸ, ਦੈਟ ਦੇ ਫੀਲ ਦ ਐਟਮੋਸਫੀਅਰ ਐਂਡ ਦੇ ਕਮ ਆਊਟ ਆਫ ਦੇਅਰ ਸ਼ੈਲਸ ਐਂਡ ਹੈਲਪ ਦ ਪੀਪਲ ਐਜ਼ ਮਚ ਐਜ਼ ਦੇ ਕੈਨ। ਅਸੀਂ ਇਹ ਵਾਰੀ ਵਾਰੀ ਜਿੰਨਾ ਸਾਡੇ ਤੋਂ ਹੋ ਸਕੇਗਾ, ਟਾਈਮ ਅਲਾਓ ਕਰੇਗਾ ਸਾਨੂੰ, ਅਸੀਂ ਇਹ ਜੋ ਵੀ ਥੋੜ੍ਹਾ ਬਹੁਤ ਅਸੀਂ ਚੈਰਿਟੀ ਕਰ ਸਕਦੇ ਇਹ ਅਸੀਂ ਜ਼ਰੂਰ ਕਰਾਂਗੇ। ਇਟ ਇਜ਼ ਅ ਪਾਰਟ ਆਫ ਅਵਰ ਜੋਬ ਐਂਡ ਪਲੱਸ our company also promotes such activities where students feel the you know the problems of the human and where they have a solution where they can render it out to them. So I want to convey to all ki jinna kise to ho sakda nava saal assi aapas ch family ch ta manaunde ha, par eh ho je lokan naal vi manaya jave ta I think duawa kise na kise tan zarur kam aundi ha. Thank you so much. ਇਹ ਤੁਸੀਂ ਪਹਿਲੀ ਵਾਰ ਕੀਤਾ ਜਾਂ ਪਹਿਲਾਂ ਵੀ ਕਰਦੇ ਆ ਰਹੇ ਹੋ? ਸਾਡੀ ਇਹ ਐਕਟੀਵਿਟੀ ਲਗਾਤਾਰ ਚੱਲਦੀ ਹੈ, ਸਾਡੇ ਬਾਕੀ ਇੰਸਟੀਚਿਊਟ ਵੀ ਫੋਲੋ ਕਰਦੇ ਆ, ਉਹ ਓਲਡ ਏਜ ਹੋਮਸ ਜਾਂਦੇ ਆ, ਹੈ ਨਾ, ਉਹ ਕੀ ਕਹਿੰਦੇ ਆ, ਉਹ ਜਿਹੜੇ ਲੈਸਰ ਕੀ ਕਹਿੰਦੇ ਆ, ਯੂ ਨੋ ਸਪੈਸਟਿਕ ਸੈਂਟਰਸ ਵਿੱਚ ਵੀ ਜਾਂਦੇ ਆ, ਉੱਥੇ ਵੀ ਜਾ ਕੇ ਅਸੀਂ ਇਹ ਕੰਮ ਕਰੀਦਾ, ਪਰ ਓਪਨ 'ਚ ਅਸੀਂ ਆਪ ਕਰਨ ਲੱਗੇ, ਅਦਰਵਾਈਜ਼ ਵੀ ਟੇਕ ਦੇਮ ਆਊਟ ਓਲਡ ਏਜ ਹੋਮਸ।
ਅੱਜ ਕਿੰਨੇ ਲੋਕਾਂ ਨੂੰ ਜਿਹੜਾ ਤੁਸੀਂ ਰਾਸ਼ਨ ਜਿਹੜਾ ਫ੍ਰੀ ਵੰਡਿਆ ਹੈਗਾ? ਅਸੀਂ 50+ ਥੈਂਕ ਯੂ ਸੋ ਮਚ ਥੈਂਕ ਯੂ